हाँ जी बहुत कठिन ता सीगा पर जड़ी खिच्चिया गुरु गोबिंद सिंह दी सानू ले आई इत्थे जी। उत्थों आए हैं जी सारे मतलब ओवरेज आने हैं गे। अच्छा। ते पर गुरु ने आप ही बुला ले सानू ते असीं आ गए। पर जिम्मे बच्चे कहते बहुत डराउंदे सी मैनू कहिंदे डैडी जाओ ना उत्थों तां तुसीं उत्थों आउणा नहीं तुसीं आए नहीं मैं कहा फिर उत्थे कुर्बानी कर जाए गुरु दे दर ते जाना लाजमी आ। बहुत ज्यादा शरदा सी मेरे गोडे भी बदलाए हुए जी मैनू कहते तू तो जमी ना जा मैं कहा मैं तो जाऊंगा कुछ हो जाए पर गुरु ने सद ले जी बड़े दर्शन मिले हुए बहुत सोहना बहुत वधिया प्रोग्राम लग्या जी। दूरों दूरों चल के इत्थे आईयां होईयां ने तां हर कोई दर्शन करन दे लई इत्थे पहुंचा होया दूर दूर तो चल के तां संगत दे नाल वी गलबात करन दी कोशिश करांगे। माता जी कित्थों आए हो तुसी? बठिंडे तो आए हो? अज आए हो? दर्शन करन दे तुसी? नहीं करने आए जी। अच्छा हुणे पहुंचे हो? हुणे पहुंचे। अच्छा केहो जिहा रिहा सफर? वधिया वधिया बहुत वधिया चढ़दी कला। जदों सवेरे चले सीगे तां की सोच के चले सीगे क्योंकि चढ़ाई बड़ी औखी है कहिंदे? हां हां औखी पर परमात्मा ने आपे लेके आपे लेके जाऊंगा गुरु गोबिंद सिंह आपे लेके जाऊंगा जी। हां जी बहुत कठिन ता सीगा पर जिहड़ी खिच्चिया गुरु गोबिंद सिंह दी सानू ले आई इत्थे जी। ਪਹਿਲਾਂ ਵੀ ਆਏ ਹੋ ਕਿ ਇਸ ਵਾਰ ਆਏ ਹੋ? ਮੈਂ ਪਹਿਲੀ ਵਾਰ ਆਏ ਜੀ। ਅੱਛਾ ਤੁਸੀਂ ਪਿੰਡੀ? ਹਾਂ ਅਸੀਂ ਪੰਜਾਬ ਤੋਂ ਬੀੜ ਬਹਿਮਣ ਪਿੰਡ ਹੈ ਸਾਡਾ ਬਠਿੰਡੇ ਦੇ ਨਾਲ। ਠੀਕ ਹੈ। ਉੱਥੋਂ ਆਏ ਆ ਜੀ ਸਾਰੇ ਮਤਲਬ ਓਵਰੇਜ ਵਾਲੇ ਹੈਗੇ। ਅੱਛਾ ਤੇ ਪਰ ਗੁਰੂ ਨੇ ਆਪ ਹੀ ਬੁਲਾ ਲਏ ਸਾਨੂੰ ਤੇ ਅਸੀਂ ਆ ਗਏ ਜੀ। ਬਹੁਤ ਕੱਲ ਗੋਬਿੰਦ ਧਾਮ ਪਹੁੰਚ ਗਏ ਹੋਗੇ? ਹਾਂਜੀ ਹਾਂਜੀ। ਠੀਕ ਹੈ ਤਾਂ ਹੁਣ ਉੱਥੋਂ ਫਿਰ ਗਾਹ ਚੜਾਈ। ਹਾਂਜੀ ਠੀਕ ਹੈ। ਅੱਛਾ ਮਾਤਾ ਜੀ ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂ ਬਠਿੰਡੇ ਤੋਂ ਆਏ ਜੀ ਅਸੀਂ ਇਹਨਾਂ ਦੇ ਸਾਥ ਹੀ ਹਾਂ ਜੀ। ਹਾਂ ਅੱਛਾ ਜਦੋਂ ਪਹਿਲੀ ਵਾਰੀ ਆਉਣਾ ਹੋਏ ਤਾਂ ਜਦੋਂ ਏਜ ਹੋਏ ਤਾਂ ਬੜੇ ਸਾਰੇ ਲੋਕ ਡਰਾਉਂਦੇ ਨੇ ਚੜਾਈ ਬੜੀ ਹੈਗੀ ਆ। ਕਿਹ ਡਰਾਈ ਜਾਂਦੇ ਸੀਗੇ ਜੀ ਸਾਨੂੰ ਤਾਂ ਵੀ ਜਾਣਾ ਨੀ ਮਾਤਾ। ਅੱਛਾ ਵੀ ਤੁਸੀਂ ਜਾ ਨਹੀਂ ਸਕਦੇ ਉਹ ਆਏ ਆ ਨਾ ਫਿਰ ਅਸੀਂ ਮੁਸ਼ਕਲ ਨਾ ਵਾ ਕਿਵੇਂ ਗੁਰੂ ਸਾਨੂੰ ਲੈ ਕੇ ਆਏ ਆ ਜਿਵੇਂ ਹੁਕਮ ਕਰਿਆ ਉਵੇਂ ਲੈ ਕੇ। ਅੱਛਾ ਉਹਦੇ ਹੁਕਮ ਨਾਲ ਹੀ ਆਏ ਜੀ। ਤਾਂ ਇਹ ਫਿਰ ਚੜਾਈ ਔਖੀ ਤਾਂ ਨਹੀਂ ਲੱਗੀ ਤੁਹਾਨੂੰ ਅੱਜ? ਨਹੀਂ ਔਖੀ ਲੱਗੀ ਤੁਹਾਡੇ ਵਰਗੇ ਮੁੰਡੇ ਸਾਡੇ ਸਾਥ ਰਲ ਗਏ ਬੜੀ ਮਜ਼ਾ ਨਾਲ ਲਿਆ ਆਪੇ ਲਈ ਆਏ। ਪਰ ਜਿਵੇਂ ਬੱਚੇ ਕਹਿੰਦੇ ਸੀ ਬਹੁਤ ਡਰਾਉਂਦੇ ਸੀ ਮੈਨੂੰ ਕਹਿੰਦੇ ਡੈਡੀ ਜਾਓ ਨਾ ਉੱਥੋਂ ਤਾਂ ਤੁਸੀਂ ਉੱਥੋਂ ਆਉਣਾ ਨਹੀਂ ਤੁਸੀਂ ਆਏ ਨਹੀਂ ਮੈਂ ਕਿਹਾ ਫਿਰ ਉੱਥੇ ਕੁਰਬਾਨੀ ਕਰ ਜਾਏ ਗੁਰੂ ਦੇ ਦਰ ਤੇ ਜਾਣਾ ਲਾਜ਼ਮੀ ਆ ਕਿਉਂਕਿ ਪਹਿਲੀ ਵਾਰ ਆਏ ਆ ਅਸੀਂ। ਲੱਗਦਾ ਕੱਲੇ ਤੁਹਾਡੇ ਬੱਚੇ ਨਹੀਂ ਬਹੁਤ ਸਾਰੇ ਬੱਚੇ ਕਹਿੰਦੇ ਨੇ ਕਿ ਚੜਾਈ ਬੜੀ ਹੈਗੀ ਹੈ ਤਾਂ ਵਾਕਈ ਬੜੀ ਹੈਗੀ ਹੈ ਪਰ ਜੇਕਰ ਸ਼ਰਧਾ ਹੋਵੇ ਤਾਂ ਮੈਨੂੰ ਲੱਗਦਾ ਕਿ ਆਸਾਨ ਹੋ ਜਾਂਦਾ। ਬਹੁਤ ਜ਼ਿਆਦਾ ਸ਼ਰਧਾ ਸੀ ਮੇਰੇ ਗੋਡੇ ਵੀ ਬਦਲਾਏ ਹੋਏ ਆ ਜੀ ਮੈਨੂੰ ਕਹਿੰਦੇ ਤੂੰ ਤਾਂ ਜਮੀ ਨਾ ਜਾ ਮੈਂ ਕਿਹਾ ਮੈਂ ਤਾਂ ਜਾਊਂਗਾ ਕੁਛ ਹੋ ਜੇ ਤੇ ਪਰ ਗੁਰੂ ਨੇ ਸੱਦ ਲਏ ਜੀ ਬੜੇ ਦਰਸ਼ਨ ਮਿਲੇ ਹੋਏ ਆ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ ਬੜੀ ਰਚਨਾ ਲੱਗੀ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਤਾ ਜੀ ਕਿੱਥੋਂ ਆਏ ਹੋ ਤੁਸੀਂ? ਬਠਿੰਡੇ ਤੋਂ ਆਏ ਹੋ? ਅੱਜ ਆਏ ਹੋ? ਦਰਸ਼ਨ ਕਰਨ ਦੇ ਤੁਸੀਂ? ਨਹੀਂ ਕਰਨੇ ਆਏ ਜੀ। ਅੱਛਾ ਹੁਣੇ ਪਹੁੰਚੇ ਹੋ? ਹੁਣੇ ਪਹੁੰਚੇ ਮੈਂ। ਅੱਛਾ ਕਿਹੋ ਜਿਹਾ ਰਿਹਾ ਸਫ਼ਰ? ਵਧੀਆ ਵਧੀਆ ਬਹੁਤ ਵਧੀਆ ਚੜ੍ਹਦੀ ਕਲਾ। ਜਦੋਂ ਸਵੇਰੇ ਚੱਲੇ ਸੀਗੇ ਤਾਂ ਕੀ ਸੋਚ ਕੇ ਚੱਲੇ ਸੀਗੇ ਕਿਉਂਕਿ ਚੜ੍ਹਾਈ ਬੜੀ ਔਖੀ ਹੈ ਕਹਿੰਦੇ? ਪਰਮਾਤਮਾ ਆਪੇ ਲੈ ਕੇ ਜਾਊਗਾ ਗੁਰੂ ਗੋਬਿੰਦ ਸਿੰਘ ਆਪੇ ਲੈ ਕੇ ਜਾਊਗਾ ਜੀ। ਹਾਂਜੀ ਬਹੁਤ ਕਠਿਨ ਤਾਂ ਸੀਗਾ ਪਰ ਜਿਹੜੀ ਖਿੱਚਿਆ ਗੁਰੂ ਗੋਬਿੰਦ ਸਿੰਘ ਦੀ ਸਾਨੂੰ ਲਿਆ ਜੀ ਇੱਥੇ ਜੀ। ਪਹਿਲਾਂ ਵੀ ਆਏ ਹੋ ਕਿ ਇਸ ਵਾਰ ਆਏ ਹੋ? ਮੈਂ ਪਹਿਲੀ ਵਾਰ ਆਏ ਜੀ। ਹਾਂ ਅਸੀਂ ਪੰਜਾਬ ਤੋਂ ਬੀੜ ਬਹਿਮਣ ਪਿੰਡ ਹੈ ਸਾਡਾ ਬਠਿੰਡੇ ਦੇ ਨਾਲ। ਠੀਕ ਹੈ। ਉੱਥੋਂ ਆਏ ਹਾਂ ਜੀ ਸਾਰੇ ਮਤਲਬ ਓਵਰੇਜ ਵਾਲੇ ਹੈਗੇ। ਅੱਛਾ ਤੇ ਪਰ ਗੁਰੂ ਨੇ ਆਪ ਹੀ ਬੁਲਾ ਲਏ ਸਾਨੂੰ ਤੇ ਅਸੀਂ ਆ ਗਏ ਜੀ। ਬਹੁਤ ਕੱਲ ਗੋਬਿੰਦ ਧਾਮ ਪਹੁੰਚ ਗਏ ਹੋਗੇ? ਹਾਂਜੀ ਹਾਂਜੀ। ਠੀਕ ਹੈ ਤਾਂ ਹੁਣ ਉੱਥੋਂ ਫਿਰ ਗਾਹ ਚੜਾਈ। ਹਾਂਜੀ ਠੀਕ ਹੈ। ਅੱਛਾ ਮਾਤਾ ਜੀ ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂ ਬਠਿੰਡੇ ਤੋਂ ਆਏ ਜੀ ਅਸੀਂ ਇਹਨਾਂ ਦੇ ਸਾਥ ਹੀ ਹਾਂ ਜੀ। ਅੱਛਾ ਜਦੋਂ ਪਹਿਲੀ ਵਾਰੀ ਆਉਣਾ ਹੋਏ ਤਾਂ ਜਦੋਂ ਏਜ ਹੋਏ ਤਾਂ ਬੜੇ ਸਾਰੇ ਲੋਕ ਡਰਾਉਂਦੇ ਨੇ ਚੜਾਈ ਬੜੀ ਹੈਗੀ ਆ। ਕਿਹ ਡਰਾਈ ਜਾਂਦੇ ਸੀਗੇ ਜੀ ਸਾਨੂੰ ਤਾਂ ਵੀ ਜਾਣਾ ਨੀ ਮਾਤਾ ਵੀ ਤੁਸੀਂ ਜਾ ਨੀ ਸਕਦੇ ਉਹ ਆਏ ਆ ਨਾ ਫਿਰ ਅਸੀਂ ਮੁਸ਼ਕਲ ਨਾ ਵਾ ਕਿਵੇਂ ਗੁਰੂ ਸਾਨੂੰ ਲੈ ਕੇ ਆਏ ਆ ਜਿਵੇਂ ਹੁਕਮ ਕਰਿਆ ਉਵੇਂ ਲੈ ਕੇ। ਅੱਛਾ ਉਹਦੇ ਹੁਕਮ ਨਾਲ ਹੀ ਆਏ ਜੀ। ਤਾਂ ਇਹ ਫਿਰ ਚੜਾਈ ਔਖੀ ਤਾਂ ਨਹੀਂ ਲੱਗੀ ਤੁਹਾਨੂੰ ਅੱਜ? ਨਹੀਂ ਔਖੀ ਲੱਗੀ ਤੁਹਾਡੇ ਵਰਗੇ ਮੁੰਡੇ ਸਾਡੇ ਸਾਥ ਰਲ ਗਏ ਬੜੀ ਮਜ਼ਾ ਨਾਲ ਲਿਆ ਆਪੇ ਲਈ ਆਏ। ਪਰ ਜਿਵੇਂ ਬੱਚੇ ਕਹਿੰਦੇ ਸੀ ਬਹੁਤ ਡਰਾਉਂਦੇ ਸੀ ਮੈਨੂੰ ਕਹਿੰਦੇ ਡੈਡੀ ਜਾਓ ਨਾ ਉੱਥੋਂ ਤਾਂ ਤੁਸੀਂ ਉੱਥੋਂ ਆਉਣਾ ਨਹੀਂ ਤੁਸੀਂ ਆਏ ਨੀ ਮੈਂ ਕਿਹਾ ਫਿਰ ਉੱਥੇ ਕੁਰਬਾਨੀ ਕਰ ਜਾਏ ਗੁਰੂ ਦੇ ਦਰ ਤੇ ਜਾਣਾ ਲਾਜ਼ਮੀ ਆ
क्योंकि पहली बार आए हैं कल्ले बच्चे नहीं बहुत सारे बच्चे कहते हैं कि चढ़ाई बड़ी हैगी है, तो वाकई बड़ी हैगी है, पर जे अगर श्रद्धा हो तो मैं लगता कि आसान हो जाता। बहुत ज्यादा श्रद्धा सी, मेरे गोडे भी बदलाए हुए है जी, मैनू कहते तू तो जमी ना जा, मैं तो जाऊंगा कुछ हो जाए, पर गुरु ने सद ले जी, बड़े दर्शन मिले हुए, बहुत सोहना बहुत वधिया प्रोग्राम लगे जी, बड़ी रचना लगी है। ठीक है, चलो ठीक है, तुसी करो दर्शन मिले तो।